ਬਜ਼ੁਰਗਾਂ ਦੀ ਪੈਨਸ਼ਨ ਕੱਟੇ ਜਾਣ ਅਤੇ ਬਜ਼ੁਰਗਾਂ ਨੂੰ ਲਾਈ ਹੋਈ ਪੈਨਸ਼ਨ ਦੇ ਪੈਸੇ ਵਾਪਸ ਕਰਨ ਸੰਬੰਧੀ ਨੋਟਿਸ ਭੇਜੇ ਜਾਣ ਅਤੇ ਬਜ਼ੁਰਗਾਂ ਦੇ ਪਰਚੇ ਦਰਜ ਕੀਤੇ ਜਾਣ ਸੰਬੰਧੀ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ। ਕਿਸਾਨਾਂ ਦਾ ਕਹਿਣਾ ਸੀ ਕਿ ਕਸੂਰ ਪੈਨਸ਼ਨ ਲਾਉਣ ਵਾਲੇ ਸੰਬੰਧ ਅਧਿਕਾਰੀਆਂ ਦਾ ਹੈ, ਨਾ ਕਿ ਬਜ਼ੁਰਗਾਂ ਦਾ। ਵੱਡੇ ਸੰਘਰਸ਼ ਦੀ ਦਿੱਤੀ ਚੇਤਾਵਨੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਹਿਮ ਮੀਟਿੰਗ ਇਕਾਈ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪਿੰਡ ਧੂਲਕੋਟ ਵਿਖੇ ਹੋਈ। ਇਸ ਮੀਟਿੰਗ ਵਿੱਚ ਬੁਢਾਪਾ ਪੈਨਸ਼ਨ ਬਾਰੇ ਯੂਨੀਅਨ ਆਗੂਆਂ ਨੇ ਵੱਡਾ ਫੈਸਲਾ ਲੈਂਦੇ ਹੋਏ ਕਿਹਾ, ਮਾਮਲਾ ਇਹ ਹੈਗਾ ਜੀ, ਜੋ ਸਰਕਾਰ ਵੱਲੋਂ ਪੈਨਸ਼ਨਾਂ ਦੇ ਨੋਟਿਸ ਭੇਜੇ ਗਏ ਆ ਪਿੰਡ ਧੂਲਕੋਟ ਵਿੱਚ, ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਉਹਨਾਂ ਦਾ ਵਿਰੋਧ ਕਰਦੇ ਹਾਂ, ਕਿਉਂਕਿ ਤਕਰੀਬਨ 60 ਦੇ ਕਰੀਬ ਜੋ ਪੈਨਸ਼ਨਾਂ ਦੇ ਨੋਟਿਸ ਆਏ ਆ, ਕਿਸੇ ਨੂੰ 30,000 ਰੁਪਇਆ ਆ, ਕਿਸੇ ਨੂੰ 20,000, ਕਿਸੇ ਨੂੰ 2,000, ਇਸ ਤਰ੍ਹਾਂ ਕਰਕੇ ਇਹ ਜਿਹੜੇ ਬਜ਼ੁਰਗ ਆ ਸਾਡੇ, ਜੇ ਪੈਨਸ਼ਨਾਂ ਇਹ ਕਹਿੰਦੇ ਵੀ ਨਜਾਇਜ਼ ਲੱਗੀਆਂ, ਪਰ ਇਹ ਬਜ਼ੁਰਗਾਂ ਨੇ ਨਜਾਇਜ਼ ਨਹੀਂ ਲਵਾਈਆਂ, ਇਹਨਾਂ ਦੇ ਅਧਿਕਾਰੀਆਂ ਨੇ ਸਰਕਾਰ ਦਿਆਂ ਨੇ ਪੈਨਸ਼ਨਾਂ ਲਵਾਈਆਂ, ਇਹਨਾਂ ਨੇ ਪੜਤਾਲ ਕੀਤੀ ਹੈ, ਪਰ ਜੇ ਅੱਜ 3-4 ਸਾਲਾਂ ਬਾਅਦ ਇਹ ਪੈਨਸ਼ਨਾਂ ਗਲਤ ਹੋ ਗਈਆਂ ਅਤੇ ਇਹ ਬਜ਼ੁਰਗਾਂ ਦੀ ਕੀ ਗਲਤੀ ਹੈ? ਇਸ ਕਰਕੇ ਇਹ ਜਿਹੜੀ ਗਲਤੀ ਹੈ ਸਰਕਾਰ ਦੇ ਅਧਿਕਾਰੀਆਂ ਦੀ ਗਲਤੀ ਹੈ, ਇਹਨਾਂ ਦੇ ਡਾਕਟਰ ਦੀ ਗਲਤੀ ਹੈ, ਪਟਵਾਰੀ ਦੀ ਗਲਤੀ ਹੈ, ਇਹਨਾਂ ਨੇ ਜੋ ਇਹਨਾਂ ਨੇ ਪੜਤਾਲ ਕੀਤੀ ਸਾਰੀ, 3-4 ਥਾਵਾਂ 'ਤੇ ਵੈਰੀਫਿਕੇਸ਼ਨ ਹੋ ਕੇ ਪੈਨਸ਼ਨ ਲੱਗਦੀ ਹੈ, ਇਸ ਕਰਕੇ ਇਹਨਾਂ ਬਜ਼ੁਰਗਾਂ ਦਾ ਕੋਈ ਕਸੂਰ ਨਹੀਂ। ਅਸੀਂ ਜਿਹੜੀਆਂ ਪੈਨਸ਼ਨਾਂ ਆਈਆਂ, ਨੋਟਿਸ ਆਏ ਆ ਪੈਨਸ਼ਨਾਂ ਦੇ, ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਉਹਦਾ ਵਿਰੋਧ ਕਰਦੇ ਹਾਂ, ਅਸੀਂ ਇਹ ਪੈਨਸ਼ਨਾਂ ਨਹੀਂ ਭਰਾਂਗੇ। ਜਗਰੂਪ ਸਿੰਘ, ਪਿੰਡ ਧੂਲਕੋਟ, ਕਿਸਾਨ ਯੂਨੀਅਨ ਏਕਤਾ ਗ੍ਰਾਹਾਂ। ਕੀ ਮਾਮਲਾ ਜੀ? ਮਾਮਲਾ ਜੀ, ਇਹ ਪੈਨਸ਼ਨਾਂ ਦਾ, ਸਾਡੇ ਜੋ ਨੋਟਿਸ ਭੇਜੇ ਆ ਸਰਕਾਰ ਨੇ, ਇਹਦਾ ਅਸੀਂ ਡੱਟ ਕੇ ਕਿਸਾਨ ਯੂਨੀਅਨ ਵਿਰੋਧ ਕਰਾਂਗੇ, ਇਹਦੇ ਅਸੀਂ ਪਰਚੇ ਕਰਾਂਗੇ, ਪਰਚੇ ਜਿੰਨੇ ਮਰਜ਼ੀ ਕਰੀ ਜਾਣ, ਅਸੀਂ ਇਹਦੇ ਨਾਲ ਡੱਟ ਕੇ ਵਿਰੋਧ ਕਰਾਂਗੇ, ਨਾਲ ਪਰਚਿਆਂ ਦੇ ਵਿੱਚ ਹਾਜ਼ਰ ਹੋਵਾਂਗੇ ਅਸੀਂ, ਕਿਉਂਕਿ ਅਸੀਂ ਤਾਂ 5 ਪੈਸੇ ਦੀ ਮੋੜਨੇ ਸਰਕਾਰ ਆ ਭਾਗੀਦਾਰ ਆ ਬੰਨਣ ਵੇਲੇ ਅਤੇ ਨੋਟਿਸ ਦੇਣ ਵੇਲੇ। ਇਹ ਮਸਲਾ ਜੋ ਕਿ ਪੈਨਸ਼ਨਾਂ ਦੇ ਨੋਟਿਸ ਆਏ ਆ ਉਹਨਾਂ ਦਾ ਮਸਲਾ ਜੀ, ਪਿੰਡ ਧੂਲਕੋਟ, ਮੈਂ ਇਕਾਈ ਪ੍ਰਧਾਨ ਹਰਪਾਲ ਸਿੰਘ ਬੋਲ ਰਿਹਾ, ਜੋ ਕਿ ਇਹ ਨੋਟਿਸ ਆਏ ਆ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਇਹ ਫੈਸਲਾ ਹੋਇਆ ਸੂਬੇ ਵੱਲੋਂ, ਜੋ ਕਿ ਅਸੀਂ ਇਹ ਨੋਟਿਸ ਆਏ ਆ ਜਿਨ੍ਹਾਂ ਨੂੰ ਇਹ ਨੋਟਿਸਾਂ ਦੇ ਪੈਸੇ ਅਸੀਂ ਨਹੀਂ ਭਰਨੇ, ਨਾ ਹੀ ਅਸੀਂ ਕਿਸੇ ਨੂੰ ਮੁਲਾਜ਼ਮ ਨੂੰ ਪਿੰਡ ਦੇ ਵਿੱਚ ਵੜਨ ਦੇਣਾ। ਇਹ ਸਾਡੇ ਜਥੇਬੰਦੀ ਵੱਲੋਂ ਫੈਸਲਾ ਹੈ, ਜੋ ਕਿ ਸਾਡੇ ਅੱਗੇ ਵੀ ਇਹ ਧਰਨੇ ਚੱਲ ਰਹੇ ਹਨ 15 ਤੋਂ 20 ਤੱਕ, ਉਹਦੇ 'ਚ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਜਾਣਾ ਹੈ, ਕਿਉਂਕਿ ਨਾ ਤਾਂ ਅਸੀਂ ਨੋਟਿਸ ਪਿੰਡਾਂ ਦੇ ਵਿੱਚ ਮਤਲਬ ਕਿ ਨੋਟਿਸਾਂ ਵਾਲਿਆਂ ਨੂੰ ਵੜਨ ਦੇਣਾ ਹੈ, ਅਤੇ ਸਰਕਾਰੀ ਖਰੀਦ ਅਸੀਂ ਬੰਦ ਨਹੀਂ ਹੋਣ ਦੇਣੀ, ਆਰਡੀਨੈਂਸ ਅਸੀਂ ਖਤਮ ਕਰਾ ਕੇ ਰਵਾਂਗੇ। ਇਹ ਸਾਡੇ ਜਥੇਬੰਦੀਆਂ ਦਾ ਫੈਸਲਾ ਹੈ, ਸਾਰੀਆਂ ਜਥੇਬੰਦੀਆਂ 15 ਤੋਂ ਲੈ ਕੇ 20 ਤੱਕ ਜੋ ਧਰਨੇ ਲਾ ਰਹੀਆਂ ਬਾਦਲ ਵਿਖੇ ਪਟਿਆਲੇ, ਅਸੀਂ ਉਹ ਧਰਨੇ ਲਾਵਾਂਗੇ ਅਤੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਇਹ ਅਸੀਂ ਭਾਈ ਜੋ ਪਿੰਡਾਂ ਦੇ ਵਿੱਚ ਲੋਕ ਉੱਠੇ ਹਨ, ਸਾਡਾ ਸਾਥ ਦਿੰਦੇ ਹਨ, ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ, ਧਰਨੇ ਲਾਵਾਂਗੇ, ਧਰਨੇ ਲਾ ਕੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਜੇਕਰ ਪੈਨਸ਼ਨਰ ਪੈਨਸ਼ਨ ਨਹੀਂ ਭਰਦੇ, ਉਹਨਾਂ 'ਤੇ ਸਰਕਾਰ ਨੇ ਕਿਹਾ ਵੀ ਪਰਚਾ ਦਰਜ ਕੀਤਾ ਜਾਊਗਾ 420 ਦਾ, ਉਹਦੇ ਖਿਲਾਫ਼ ਅਸੀਂ ਜੀ ਤਿਆਰ ਹਾਂ, ਉਹਨਾਂ ਦੇ ਨਾਲ ਖੜਾਂਗੇ, ਪੈਨਸ਼ਨਾਂ ਵਾਲਿਆਂ ਦੇ ਨਾਲ ਜਾਵਾਂਗੇ, ਅਸੀਂ ਉਹਨਾਂ ਦੀ ਹਿਮਾਇਤ ਕਰਾਂਗੇ।